ਮਨੀਰ ਬਿੱਟੂ ਕਹਿ ਰਿਹਾ ਕਿ ਤੇ ਭਾਈ ਸਾਹਿਬ ਜਿਹੜੇ ਬੰਦੀ ਸਿੰਘ ਉਹਨਾਂ ਦੀ ਗੱਲ ਹੀ ਕਦੀ ਕੀਤੀ ਉਹਨਾਂ ਨੇ ਮੈਂ ਬੰਦੀ ਸਿੰਘਾਂ ਦੇ ਮੋਰਚੇ ਜਾ ਕੇ ਆਇਆ ਤੇ ਹੋਰ ਮੈਂ ਗੱਲ ਕੀ ਕਰਨੀ ਸੀ ਕੀ ਲੱਗਦਾ ਮਨੀਰ ਬਿੱਟੂ ਨੂੰ ਕਹਿਣਾ ਤੁਸੀਂ ਵੀ ਜਾ ਕੇ ਆਓ ਬੰਦੀ ਸਿੰਘਾਂ ਦੇ ਮੋਰਚੇ ਲੱਗਦਾ ਉਹਨਾਂ ਦੇ ਬਿਆਨ ਜਿਹੜਾ ਮਾਹੌਲ ਖਰਾਬ ਕਰ ਰਹੇ ਪੰਜਾਬ ਦਾ ਉਹਨਾਂ ਨੇ ਦੇਖੋ ਉਹਨਾਂ ਦਾ ਖਾਨਦਾਨੀ ਪੇਸ਼ਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਪੇਸ਼ਾ ਉਹਨਾਂ ਦਾ ਖਾਨਦਾਨੀ ਹੈ ਜਿਹੜਾ ਖਾਨਦਾਨੀ ਪੇਸ਼ਾ ਹੋਇਆ ਇਹ ਬੰਦੇ ਇੰਨੇ ਲਾਇਕ ਨਹੀਂ ਵੀ ਮੈਂ ਇਹਨਾਂ ਦੇ ਕੋਈ ਕਮੈਂਟ ਕਰਾਂ ਤੁਸੀਂ ਅੱਜ ਤੋਂ ਬਾਅਦ ਮੈਨੂੰ ਇਹਨਾਂ ਬੰਦਿਆਂ ਦੇ ਬਾਰੇ ਨਾ ਪੁੱਛਿਆ ਕਰੋ ਇਹਨਾਂ ਬੰਦਿਆਂ ਲਈ ਕਮੈਂਟ ਕਰਨ ਲਈ ਹੋਰ ਬੰਦੇ ਹੈਗੇ ਨੇ ਜਿਹੜੇ ਬੰਦੇ ਕਰ ਸਕਦੇ ਨੇ ਪਰ ਇਹ ਇਸ ਲਾਇਕ ਨਹੀਂ ਵੀ ਮੈਂ ਆਪਣੀ ਜ਼ਬਾਨ 'ਚ ਇਹਨਾਂ ਦੇ ਨਾਲ ਆਵਾਂ ਹਿੰਦੂ ਜੱਥੇ ਬਹੁਤ ਸਾਰੇ ਕਹਿ ਰਹੇ ਕੌਣ ਡਰ ਰਿਹਾ ਰਮਨੀਤ ਬਿੱਟੂ ਮਾਫੀ ਮੰਗੀ ਮੰਗਾ ਕੇ ਦਿਖਾ ਦੇਣ ਸਾਡੇ ਕੋਲ ਅਸੀਂ ਗਲਤ ਅੱਛਾ ਉਹਦੇ ਲਾਗੇ ਤੁਸੀਂ ਕਿਹਾ ਕਰੋ ਭਾਈ ਦਿਲਾਵਰ ਸਿੰਘ ਜਿੰਦਾਬਾਦ ਉਹ ਉਹਦੇ ਤਰ੍ਹਾਂ ਨਿਕਲ ਜਾਂਦੇ ਨੇ ਵਿਚਾਰੇ ਭਾਈ ਸਾਹਿਬ ਅਗਲਾ ਸਵਾਲ ਕੀ ਲੱਗਦਾ ਕਿ ਸਿੱਖ ਮਸਲਿਆਂ ਦਾ ਇੱਕੋ ਖਲ ਖਾਲਿਸਤਾਨ ਦੇਖੋ ਉਹਨਾਂ ਦਾ ਖਾਨਦਾਨੀ ਪੇਸ਼ਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਪੇਸ਼ਾ ਉਹਨਾਂ ਦਾ ਖਾਨਦਾਨੀ ਹੈ ਇਹ ਬੰਦੇ ਇੰਨੇ ਲਾਇਕ ਨਹੀਂ ਵੀ ਮੈਂ ਇਹਨਾਂ ਦੇ ਕੋਈ ਕਮੈਂਟ ਕਰਾਂ ਤੁਸੀਂ ਅੱਜ ਤੋਂ ਬਾਅਦ ਮੈਨੂੰ ਇਹਨਾਂ ਬੰਦਿਆਂ ਦੇ ਬਾਰੇ ਨਾ ਪੁੱਛਿਆ ਕਰੋ ਇਹਨਾਂ ਬੰਦਿਆਂ ਲਈ ਕਮੈਂਟ ਕਰਨ ਲਈ ਹੋਰ ਬੰਦੇ ਹੈਗੇ ਨੇ ਜਿਹੜੇ ਬੰਦੇ ਕਰ ਸਕਦੇ ਨੇ ਪਰ ਇਹ ਇਸ ਲਾਇਕ ਨਹੀਂ ਵੀ ਮੈਂ ਆਪਣੀ ਜ਼ਬਾਨ 'ਚ ਇਹਨਾਂ ਦੇ ਨਾਲ ਆਵਾਂ ਹਿੰਦੂ ਜੱਥੇ ਬਹੁਤ ਸਾਰੇ ਕਹਿ ਰਹੇ ਕੌਣ ਡਰ ਰਿਹਾ ਰਮਨੀਤ ਬਿੱਟੂ ਮਾਫੀ ਮੰਗੀ ਮੰਗਾ ਕੇ ਦਿਖਾ ਦੇਣ ਸਾਡੇ ਕੋਲ ਅਸੀਂ ਗਲਤ ਅੱਛਾ ਉਹਦੇ ਲਾਗੇ ਤੁਸੀਂ ਕਿਹਾ ਕਰੋ ਭਾਈ ਦਿਲਾਵਰ ਸਿੰਘ ਜਿੰਦਾਬਾਦ ਉਹ ਉਹਦੇ ਤਰ੍ਹਾਂ ਨਿਕਲ ਜਾਂਦੇ ਨੇ ਵਿਚਾਰੇ ਭਾਈ ਸਾਹਿਬ ਅਗਲਾ ਸਵਾਲ ਕੀ ਲੱਗਦਾ ਕਿ ਸਿੱਖ ਮਸਲਿਆਂ ਦਾ ਇੱਕੋ ਖਲ ਖਾਲਿਸਤਾਨ ਸਿੱਖਾਂ ਖਾਲਿਸਤਾਨ ਤੋਂ ਬਿਨਾਂ